ਅਸਲਾਮੁ ਅਲੈਕਮ ਐਵਰੀਵਨ ਐਂਡ ਵੈਲਕਮ ਬੈਕ ਟੂ ਮਾਈ ਚੈਨਲ ਫਰੋਮ ਫਰੈਂਕਫੋਰਟ। ਨਾਜ਼ਰੀਨ, ਅੱਜ ਅਸੀਂ ਜਾ ਰਹੇ ਹਾਂ ਜੀ, ਅਸੀਂ ਕੀ ਬਲਕਿ ਮੈਂ ਜਾ ਰਿਹਾ ਕੋਲਨ। ਮੈਂ ਪਰਸੋਂ ਇੱਕ ਸਵਾਰੀ ਛੱਡ ਕੇ ਆਇਆ ਸਾਂ ਅਤੇ ਉਹਨੇ ਕਿਹਾ ਸੀ ਮੈਨੂੰ ਲੈ ਵੀ ਜਾਈ, ਅਤੇ ਉਹਨੂੰ ਹੁਣ ਮੈਂ ਲੈਣ ਜਾ ਰਿਹਾ ਜੀ। ਅਤੇ ਫਰੈਂਕਫੋਰਟ ਵੱਲ ਬਹੁਤ ਅੱਛਾ ਮੌਸਮ ਸੀ, ਉੱਥੇ ਤਾਂ ਧੁੱਪ ਚੜ੍ਹੀ ਸੀ, ਅਤੇ ਇੱਧਰ ਮੈਂ ਦੇਖਿਆ ਕਿ ਕੋਬਲੈਂਡਸ ਅੱਗੇ ਆਇਆ ਅਤੇ ਇੱਧਰ ਧੁੰਦ ਪਈ। ਉਹ ਨਾਜ਼ਰੀਨ ਫੋਨ ਆ ਗਿਆ ਸੀ ਵਿੱਚ, ਉਹ ਕਿਸੇ ਵਕਤ ਇਸ ਤਰ੍ਹਾਂ ਹੁੰਦਾ ਕਿ ਬੰਦਾ ਵਿਹਲਾ ਖਲੋਤਾ ਹੁੰਦਾ ਅਤੇ ਦੋ ਦੋ ਘੰਟੇ ਕੰਮ ਨਹੀਂ ਹੁੰਦਾ, ਲੇਕਿਨ ਕਿਸੇ ਟਾਈਮ ਅੱਲਾ ਦੇ ਫਜ਼ਲ ਨਾਲ ਤੁਹਾਡੇ ਕੋਲ ਇੰਨਾ ਕੰਮ ਹੁੰਦਾ ਕਿ ਇਕੱਲੇ ਬੰਦੇ ਕੋਲ ਕੰਮ ਸੰਭਾਲਿਆ ਵੀ ਨਹੀਂ ਜਾਂਦਾ। ਠੀਕ ਹੈ, ਆਟੋਮਾਨ ਵੀ ਖਾਲੀ ਹੈ ਨਾਰਮਲ। ਉਹਨਾਂ ਨੂੰ ਮੈਂ 10 ਵਜੇ ਲਿਆਉਣਾ ਸੀ, ਫਿਰ ਉਹਨਾਂ ਦਾ ਮੈਸੇਜ ਆਇਆ ਕੱਲ੍ਹ ਵੀ 11 ਵਜੇ ਆਈ, ਅਤੇ ਬਹੁਤ ਅੱਛਾ ਟਾਈਮ ਹੈ ਕਿਉਂਕਿ 11 ਵਜੇ ਦਾ ਟਾਈਮ ਜਿਹੜਾ ਨਾ ਉਸ ਵੇਲੇ ਰਸ਼ ਵੀ ਨਹੀਂ ਹੁੰਦਾ ਨਾਰਮਲ। ਸਵੇਰੇ ਤਾਂ ਜਿਹੜਾ ਕਿ ਸ਼ਹਿਰਾਂ ਦੇ ਵਿੱਚ ਲੋਕ ਕੰਮਾਂ ਕਾਜਾਂ ਦੇ ਆਉਂਦੇ ਨੇ ਤਾਂ ਉਹਦਾ ਰਸ਼ ਬਹੁਤ ਹੁੰਦਾ, ਅਤੇ ਇਹ ਟਾਈਮ ਜਿਹੜਾ ਬਹੁਤ ਅੱਛਾ, ਔਰ ਸਫ਼ਰ ਵੀ ਬਹੁਤ ਅੱਛਾ ਗੁਜ਼ਰ ਰਿਹਾ। ਜਿਸ ਤਰ੍ਹਾਂ ਤੁਹਾਨੂੰ ਵੀ ਨਾਜ਼ਰੀ ਨਜ਼ਰ ਆ ਰਿਹਾ ਕਿ ਆਟੋਮਾਨ ਤਾਂ ਬਿਲਕੁਲ ਖਾਲੀ ਹੈ, ਬਿਲਕੁਲ ਖਾਲੀ ਹੈ। 2-4 ਗੱਡੀਆਂ ਨੇ, 5ਵੀਂ ਮੇਰੀ ਹੈ, ਜਾਣ ਡੇ ਹਾਂ ਅਸੀਂ। ਜਿਸ ਤਰ੍ਹਾਂ ਕਿ ਨਾਜ਼ਰੀਨ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਸਾਡੇ ਫਰੈਂਕਫੋਰਟ 'ਤੇ ਬੜੀ ਸੋਹਣੀ ਧੁੱਪ ਚੜ੍ਹੀ ਸੀ, ਅਤੇ ਇੱਧਰ ਜਿਹੜਾ ਕਿ ਧੁੰਦ ਨਜ਼ਰ ਆ ਰਹੀ ਹੈ। ਲੇਕਿਨ ਅੱਲਾ ਦੇ ਫਜ਼ਲ ਨਾਲ ਸਫ਼ਰ ਬਹੁਤ ਅੱਛਾ ਗੁਜ਼ਰ ਰਿਹਾ। ਨਾਜ਼ਰੀਨ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ, ਤੁਹਾਨੂੰ ਕਾਫ਼ੀ ਟੈਕਸੀਆਂ ਵਾਲੇ ਸਾਡੇ ਜਿਹੜੇ ਨੇ ਨਾ, ਉਹ ਆਉਂਦੇ ਨੇ ਵੀ ਕੰਮ ਕੋਈ ਨਹੀਂ, ਅਤੇ ਵੈਸੇ ਕੰਮ ਜਿਹਨੇ ਨਾ ਕਰਨਾ ਹੋਵੇ ਬਾਕੀ ਉਹਦੇ ਵਾਸਤੇ ਕੰਮ ਕੋਈ ਨਹੀਂ, ਭਾਵੇਂ ਉਹ ਕਹਿੰਦੇ ਨੇ ਨਾ ਜਿਹੜੇ ਘਰ ਭੈੜੇ ਲਾਹੌਰ ਵੀ ਭੈੜੇ, ਇਹ ਨਿੱਕੇ ਹੁੰਦੇ ਮਸਾਲਾਂ ਸੁਣੀ ਦੀਆਂ ਹੁੰਦੀਆਂ ਸਨ। ਅਤੇ ਜਿਹੜੇ ਆਉਂਦੇ ਨੇ ਕੰਮ ਕੋਈ ਨਹੀਂ, ਇਹ ਵੱਡਾ ਝੂਠ ਹੈ, ਬੜਾ ਕੰਮ ਹੈ ਅੱਲਾ ਦੇ ਫਜ਼ਲ ਨਾਲ। ਤੁਸੀਂ ਕੋਈ ਵੀ ਕੰਮ ਕਰੋ, ਦਿਲ ਲਾ ਕੇ ਕਰੋ ਤਾਂ ਕੰਮ ਬੜਾ ਹੈ, ਅਤੇ ਨਾ ਕਰਨਾ ਹੋਵੇ ਤਾਂ ਫਿਰ ਉਹੀ ਜਿਹੜੀ ਮਿਸਾਲ ਉਹ ਨਿੱਕੇ ਹੁੰਦਿਆਂ ਸੁਣੀ ਸੀ, ਜਿਹੜਾ ਘਰ ਭੈੜਾ ਲਾਹੌਰ ਵੀ ਭੈੜਾ, ਉਹ ਫਿਰ ਇੱਥੇ ਜਿਹੜੀ ਹੈ ਨਾ ਐਡਜਸਟ ਹੋ ਜਾਂਦੀ ਹੈ। ਠੀਕ ਹੈ, ਅਤੇ ਕੋਈ ਵੀ ਬਿਜ਼ਨਸ ਹੈ ਨਾ, ਕੋਈ ਵੀ ਕਾਰੋਬਾਰ ਹੈ, ਅਗਰ ਤੁਸੀਂ ਉਸ ਕਾਰੋਬਾਰ ਨੂੰ ਸਮਝ ਗਏ ਹੋ ਨਾ, ਤਾਂ ਬਹੁਤ ਕੰਮ ਹੈ ਤੁਹਾਡੇ ਵਾਸਤੇ। ਔਰ ਯਕੀਨ ਕਰੋ ਨਾਜ਼ਰੀਨ, ਫਿਰ ਇੱਕ ਸਵਾਰੀ ਦਾ ਫੋਨ ਆ ਗਿਆ ਸੀ ਵੀ ਕਿੱਥੇ ਮੈਂ ਮੈਨੂੰ ਆ ਕੇ ਲੈ ਜਾ, ਅਤੇ ਉਹਦਾ ਕਿ ਵੀ ਮੈਂ ਮਾਜ਼ਰਤ ਕੀਤੀ ਹੈ, ਮੈਂ ਕਿਹਾ ਵੀ ਮੈਂ ਕੋਲਨ ਜਾ ਰਿਹਾ ਕਿ ਤੂੰ ਕੋਈ ਹੋਰ ਗੱਡੀ ਉੱਥੋਂ ਲੈ ਲੈ ਕੋਈ। ਠੀਕ ਹੈ, ਉਹ ਮੈਂ ਗੱਲ ਤੁਹਾਨੂੰ ਸੁਣਾ ਰਿਹਾ ਸਾਂ ਵੀ ਕੰਮ ਬੜਾ ਹੈ ਅੱਲਾ ਦੇ ਫਜ਼ਲ ਨਾਲ, ਲੇਕਿਨ ਕੰਮ ਕਰਨ ਦਾ ਇੱਕ ਤਰੀਕਾ ਹੁੰਦਾ। ਠੀਕ ਹੈ, ਉਸ ਤਰੀਕੇ ਨੂੰ ਤੁਸੀਂ ਸਹੀ, ਮਤਲਬ ਹੈ ਕਿ ਤਰੀਕਾ ਕੀ ਵੀ ਤੁਸੀਂ ਉਸ ਬਿਜ਼ਨਸ ਨੂੰ ਸਮਝੋ, ਜਿਹੜਾ ਵੀ ਬਿਜ਼ਨਸ ਕਾਰੋਬਾਰ ਤੁਸੀਂ ਕਰ ਰਹੇ ਹੋ, ਅਗਰ ਉਸ ਤੁਸੀਂ ਸਮਝ ਗਏ ਹੋ ਕਿ ਇਹਨੂੰ ਕਿਸ ਤਰ੍ਹਾਂ ਮੈਂ ਹੈਂਡਲ ਕਰਨਾ ਹੈ, ਤਾਂ ਅੱਲਾ ਦੇ ਫਜ਼ਲ ਨਾਲ ਤੁਸੀਂ ਕਾਮਯਾਬ ਹੋ ਜਾਓਗੇ। ਅਗਰ ਤੁਸੀਂ ਸਮਝੇ ਨਹੀਂ ਤਾਂ ਫਿਰ ਉਹ ਕੰਮ ਛੱਡ ਦਿਓ, ਕੋਈ ਹੋਰ ਕੰਮ ਕਰ ਲਓ। ਹੈ, ਕੰਮ ਦੁਨੀਆ 'ਚ ਬੜੇ ਨੇ, ਤਾਂ ਪਰੇਸ਼ਾਨ ਨਹੀਂ ਹੋਈਦਾ। ਵੈਸੇ ਅਲਗਮਾਈਨ ਜਿਹੜਾ ਕਿ ਨਾਰਮਲੀ ਉਸ ਤਰ੍ਹਾਂ ਟੈਕਸੀ ਦਾ ਕੰਮ ਜਿਹੜਾ ਉਹ ਨਹੀਂ ਰਿਹਾ ਜਿਸ ਤਰ੍ਹਾਂ ਪਹਿਲੇ ਹੁੰਦਾ ਸੀ, ਥੋੜ੍ਹੇ ਜਿਹੇ ਉਹਦੇ 'ਚ ਕਮੀ ਆਈ ਹੈ, ਲੇਕਿਨ ਇੰਨੀ ਕਮੀ ਵੀ ਨਹੀਂ ਆਈ ਜਿਸ ਤਰ੍ਹਾਂ ਲੋਕ ਕਹਿੰਦੇ ਨੇ ਕੰਮ ਮੁੱਕ ਗਿਆ, ਕੰਮ ਮੁੱਕ ਗਿਆ, ਕੰਮ ਨਹੀਂ ਮੁੱਕਿਆ।
17-18 ਸੌ ਗੱਡੀ ਹੈ ਫਰੈਂਕਫੋਰਟ ਦੇ ਵਿੱਚ, ਔਰ ਅੱਲਾਹ ਦੇ ਫਜ਼ਲ ਨਾਲ ਸਾਰੇ ਆਪਣੀ ਦਿਹਾੜੀ ਬਣਾ ਕੇ ਜਾਂਦੇ ਨੇ। ਔਰ ਮੈਂ ਇਹ ਕਹਿੰਦਾ ਕਿ ਇਹ ਜਿਹੜੇ ਊਬਰ ਔਰ ਫਰੀ ਨੋ ਕਾਫੀ ਕੰਪਨੀਆਂ ਆ ਗਈਆਂ ਨੇ, ਬੋਲਟ ਵੀ ਇਹ, ਠੀਕ ਹੈ, ਇਹ ਅਗਰ ਅੱਜ ਸਾਰੇ ਪਿਛਾਂ ਹਟ ਜਾਂਦੇ ਨੇ ਨਾ, ਤਾਂ ਟੈਕਸੀ ਵਾਲਿਆਂ ਕੋਲੋਂ ਇੰਨਾ ਹੁਣ ਕੰਮ ਸੰਭਾਲੇ ਨਹੀਂ ਜਾਣਾ ਜਿਹੜਾ ਹੁਣ ਕੰਮ ਅੱਲਾਹ ਦੇ ਫਜ਼ਲ ਨਾਲ ਆ ਗਿਆ ਹੈ, ਕਿ ਬਹੁਤ ਕੰਮ ਹੈ, ਬਹੁਤ ਹੀ ਕੰਮ ਹੈ ਟੈਕਸੀ ਦਾ। ਅਤੇ ਉਹ ਜਿਹੜੇ ਨੇ ਊਬਰ ਵਾਲੇ, ਉਹ ਸਾਡੇ ਭਰਾ ਨੇ ਯਾਰ ਜਿਹੜੇ ਚਲਾਉਣ ਡੇ ਨੇ, ਅਤੇ ਉਹਨਾਂ ਦੇ ਖਿਲਾਫ਼ ਨਾ ਕੁਝ ਕਰਿਆ ਕਰੋ। ਇਹ ਸਾਡੇ ਮਤਲਬ ਟੈਕਸੀ ਫਰੈਂਡਿੰਗ ਵਾਲੇ, ਇਹਨਾਂ ਨੇ ਪਹਿਲਾਂ ਉਹ ਫਰੀ ਨਾ ਉਹਦੇ ਪਾਬੰਦੀਆਂ ਲਾਈਆਂ ਯੇ ਵੋ, ਹੁਣ ਉਹਨਾਂ ਸਾਰੀਆਂ ਪਾਬੰਦੀਆਂ ਆਪੇ ਹੀ ਚੁੱਕ ਲਈਆਂ ਨੇ ਕਿ ਠੀਕ ਹੈ, ਜਿਹਨਾਂ ਕੋਲ ਫਰੀ ਨਾ ਹੋਏ ਉਹ ਏਅਰਪੋਰਟ ਦੇ ਵੀ ਕਰੋ, ਸਾਰਿਆਂ ਪਾਸੇ ਕਰੋ, ਕਿ ਸਮਝ ਗਏ ਨੇ ਉਹ। ਇਹ ਉਹਨਾਂ ਨੂੰ ਕਾਫੀ ਦੇਰ ਪਹਿਲੇ ਉਹਨਾਂ ਨੂੰ ਕਰ ਦੇਣਾ ਚਾਹੀਦਾ ਸੀ, ਲੇਕਿਨ ਬਹੁਤ ਦੇਰ ਬਾਅਦ ਸਮਝੇ ਨੇ। ਇਹ ਸਾਡੇ ਲੋਕਾਂ ਦੀ ਅਕਸਰ ਆਦਤ ਹੈ, ਅਸੀਂ ਲੇਟ ਹੀ ਸਮਝਦੇ ਹਾਂ ਕੋਈ ਵੀ ਕੰਮ ਹੋਏ ਨਾ। ਹਾਂਜੀ, ਦੇਖਾ ਤੁਹਾਨੂੰ ਨਾਜ਼ਰੀਨ ਸਾਹਮਣੇ ਧੁੰਦ ਨਜ਼ਰ ਆ ਰਹੀ ਹੈ, ਅਤੇ ਅਸੀਂ ਵੀ 100-120 ਦੀ ਸਪੀਡ 'ਤੇ ਜਾ ਰਹੇ ਹਾਂ। ਬਹੁਤ ਹੀ ਮਜ਼ਾ ਆ ਰਿਹਾ ਸਫ਼ਰ ਕਰਨ ਦਾ, ਔਰ ਤੁਹਾਨੂੰ ਅਸੀਂ ਨਾਲ ਨਾਲ ਜਿਹੜਾ ਕਿ ਸ਼ੇਅਰ ਕਰ ਰਹੇ ਹਾਂ ਕਿ ਦੇਖੋ ਜੀ ਇਹ ਮੌਸਮ ਇੱਥੇ ਕਿਸ ਤਰ੍ਹਾਂ ਦਾ ਹੈ। ਇਨਸ਼ਾਅੱਲਾ ਨੈਕਸਟ ਟਾਈਮ ਅਸੀਂ ਟਾਈਮ ਕੱਢ ਕੇ ਅਤੇ ਕੋਲਨ ਜਾਵਾਂਗੇ, ਔਰ ਉੱਥੇ ਜਾ ਕੇ ਅਸੀਂ ਕੋਲਨ ਦੀ ਵੀ ਮੂਵੀ ਬਣਾਵਾਂਗੇ, ਉਹ ਫਿਰ ਤੁਹਾਡੇ ਨਾਲ ਪੂਰਾ ਇੱਕ ਵਲੌਗ ਜਿਹੜਾ ਉਹ ਸ਼ੇਅਰ ਕਰਾਂਗੇ। ਆ ਅਤੇ ਤੁਹਾਨੂੰ ਸਫ਼ਰ ਦਾ ਦੱਸ ਰਹੇ ਹਾਂ ਕਿ ਸਫ਼ਰ 'ਤੇ ਨਿਕਲੇ ਹਾਂ ਅਸੀਂ, ਠੀਕ ਹੈ। ਮੈਂ ਕਿਹਾ ਨਾਜ਼ਰੀਨ ਵੀ ਨਾਲ ਆਪਣੇ ਲੈ ਲਈਏ, ਯਾਰਾਂ ਦੋਸਤਾਂ ਨੂੰ, ਸੱਜਣਾਂ ਮਿੱਤਰਾਂ ਨੂੰ। ਇਹ ਵੀ ਗੱਡੀ ਕਾਫ਼ੀ ਦੇਰ ਦੀ ਮੇਰੇ ਨਾਲ ਹੀ ਜਾ ਰਹੀ ਹੈ, ਅਤੇ ਕਦੇ ਮੇਰੇ ਅੱਗੇ ਹੋ ਜਾਂਦਾ, ਕਦੇ ਮੈਂ ਇਹਦੇ ਅੱਗੇ ਹੋ ਜਾਂਦਾ, ਠੀਕ ਹੈ। ਅਸੀਂ ਦੋਵੇਂ ਇਕੱਠੇ ਸਫ਼ਰ ਕਰਦੇ, ਡਾਇਰੈਕਸ਼ਨ ਸਾਡੀ ਜਿਹੜੀ ਉਹ ਕੋਲਨ ਹੈ। ਨਾਜ਼ਰੀਨ, ਫਰੈਂਕਫੋਰਟ ਤੋਂ ਕੋਲਨ ਤਕਰੀਬਨ 200 ਕਿਲੋਮੀਟਰ ਹੈ, ਔਰ 2 ਘੰਟੇ ਦਾ ਸਫ਼ਰ ਹੈ। ਅਗਰ ਰਸ਼ ਨਾ ਹੋਏ ਅਤੇ 100-120 ਦੀ ਸਪੀਡ 'ਤੇ ਤੁਸੀਂ ਜਾਓ, ਅਤੇ 2 ਘੰਟੇ 'ਚ ਤੁਸੀਂ ਬੜੇ ਆਰਾਮ ਨਾਲ ਕਿ ਕੋਲਨ ਵਗੈਰਾ ਪਹੁੰਚ ਜਾਂਦੇ ਹੋ। ਇੱਥੇ ਜਿੰਨੇ ਸ਼ਹਿਰ ਵੀ ਨੇ ਉਹ ਆਪਣੇ ਆਪ ਨੂੰ ਕਹਿੰਦੇ ਨੇ ਅਸੀਂ ਸੈਂਟਰ ਵਿੱਚ ਆਉਣ। ਫਰੈਂਕਫੋਰਟ ਜਿਹੜਾ ਉਹਦੇ ਇੱਕ ਸਾਈਡ 'ਤੇ ਨੂਰਨਬਰਗ, ਔਰ ਦੂਸਰੀ ਸਾਈਡ 'ਤੇ ਕਾਸਲ ਹੈ, ਇੱਧਰ ਕੋਲਨ ਹੈ, ਉਸ ਪਾਸੇ ਸਟੁੱਟਗਾਰਟ ਹੈ, ਹੈਂ। ਇਹ ਸਾਰੇ ਜਿਹੜੇ ਨੇ ਸ਼ਹਿਰ ਤਕਰੀਬਨ 200-220 ਕਿਲੋਮੀਟਰ ਦੇ ਫਾਸਲੇ 'ਤੇ ਨੇ, ਔਰ 2-2.5 ਘੰਟੇ ਲੱਗਦੇ ਨੇ ਉੱਥੇ ਪਹੁੰਚਦਿਆਂ। ਇਹ ਜੀ ਨਾਲ ਇੰਟਰਸਿਟੀ ਜਿਹੜੀ ਉਹ ਜਾ ਰਹੀ ਹੈ, ਇੱਧਰ ਪੁਲੀਸੀਆਂ ਗੱਡੀਆਂ ਆ ਰਹੀਆਂ ਨੇ, ਕੋਈ VIP ਗੈਸਟ ਜਾ ਰਿਹਾ ਕੋਈ। ਇਹ ਸਾਹਮਣੇ ਜੀ ਬਹੁ ਆਸਟ੍ਰੇਲੀਆ ਦੀਆਂ ਗੱਡੀਆਂ 2 ਖਲੋਤੀਆਂ ਨੇ, ਗਾਲਬਨ ਸੜਕ ਦੀ ਸਫਾਈ ਕਰ ਰਹੇ ਨੇ। ਇਸ ਜਵਾਨ ਨੇ ਸਾਈਕਲ ਲੱਦੇ ਜੇ ਕਿ ਜਿੱਥੇ ਦਿਲ ਕਰੇਗਾ ਉਹ ਗੱਡੀ ਖੜ੍ਹੀ ਕਰੇਗਾ, ਔਰ ਸਾਈਕਲ ਲਾਏਗਾ ਔਰ ਸਾਈਕਲ ਚਲਾਏਗਾ, ਹੈਂ। ਨੰਬਰ ਪਲੇਟ ਤੋਂ ਨਹੀਂ ਪਤਾ ਚੱਲ ਰਿਹਾ ਕਿ ਗੱਡੀ ਕਿਹੜੇ ਮੁਲਕ ਦੀ ਹੈ, ਰੈੱਡ ਨੰਬਰ ਪਲੇਟ ਹੈ ਇਹਦੀ। ਹਾਂ ਨਾਜ਼ਰੀਨ, ਅੱਗੇ ਗੱਲ ਹੋ ਰਹੀ ਸੀ ਕਿ ਉਹ VIP ਗੈਸਟ ਜਿਹੜਾ ਉਹ ਕੋ ਗੁਜ਼ਰਿਆ ਉੱਥੋਂ, ਮਕਸਦ ਇੱਥੇ ਜਿਹੜੇ ਵਜ਼ੀਰ ਹੁੰਦੇ ਨੇ ਜਾਂ ਕੋਈ ਵੀ ਸਫ਼ਰ ਕਰ ਰਹੇ ਹੁੰਦੇ ਨੇ, ਇੰਡੀਆ ਪ੍ਰੋਟੋਕਾਲਾਂ ਨਾਲ ਉਹ ਸਫ਼ਰ ਨਹੀਂ ਕਰਦੇ,
ਠੀਕ ਹੈ, ਇਹਨਾਂ ਨੂੰ ਜਾਨ ਦਾ ਇੰਨਾ ਖਤਰਾ ਨਹੀਂ ਜਿੰਨਾ ਸਾਡੇ ਲੋਕਾਂ ਨੂੰ ਜਾਨ ਦਾ ਖਤਰਾ ਹੁੰਦਾ। ਪਾਕਿਸਤਾਨ ਦੇ ਵਜ਼ੀਰ ਵਗੈਰਾ ਜਿਹੜੇ ਨੇ, ਉਹ ਤਾਂ ਛੋਟਾ MNA ਜਾਂ ਕੋਈ ਪਾਰਲੀਮੈਂਟ ਦਾ ਮੈਂਬਰ ਜਾ ਰਿਹਾ ਹੋਵੇ ਤਾਂ ਉਹਦੇ ਨਾਲ ਵੀ 20-30 ਗੱਡੀਆਂ ਹੁੰਦੀਆਂ ਨੇ ਪ੍ਰੋਟੋਕਾਲ ਦੀਆਂ, ਕਿ ਉਹਨਾਂ ਨੂੰ ਜਾਨ ਦਾ ਬਹੁਤ ਖਤਰਾ ਹੁੰਦਾ ਹੈ। ਪਰ ਜਾਨ ਦਾ ਖਤਰਾ ਉਹਨਾਂ ਨੂੰ ਹੁੰਦਾ ਨਾ ਜਿਹੜੇ ਚੋਰ ਹੁੰਦੇ ਨੇ, ਠੀਕ ਹੈ, ਅਤੇ ਜਿਹੜੇ ਲੋਕ ਚੋਰ ਨਹੀਂ ਹੁੰਦੇ ਉਹਨਾਂ ਨੂੰ ਜਾਨ ਦਾ ਖਤਰਾ ਨਹੀਂ ਹੁੰਦਾ। ਇਹ ਲੋਕ ਜਿਹੜੇ ਨੇ ਬੜੇ ਸਾਫ ਦਿਲ ਨੇ, ਔਰ ਜਿੰਨੀ ਤਾਰੀਫ ਕੀਤੀ ਜਾਏ ਇਹਨਾਂ ਲੋਕਾਂ ਦੀ ਓਨੀ ਘੱਟ ਹੈ। ਨਾਜ਼ਰੀਨ, ਉੱਤੋਂ ਪੁੱਲ ਗੁਜ਼ਰ ਰਿਹਾ ਹੈ, ਇਹ ਟ੍ਰੇਨ ਹੈ ਜਿਹੜੀ ਕੋਲਨ ਤੋਂ ਫਰੈਂਕਫਰਟ ਜਾਂਦੀ ਹੈ, 45 ਮਿੰਟ ਵਿੱਚ ਇਹ ਤੁਹਾਨੂੰ 45 ਮਿੰਟ 'ਚ ਫਰੈਂਕਫਰਟ ਤੋਂ ਕੋਲਨ ਲੈ ਜਾਂਦੀ ਹੈ ਜਾਂ ਕੋਲਨ ਤੋਂ ਫਰੈਂਕਫਰਟ ਲੈ ਆਉਂਦੀ ਹੈ, ਠੀਕ ਹੈ। ਅਤੇ 250-300 ਕਿਲੋਮੀਟਰ ਫੀ ਘੰਟਾ ਦੀ ਰਫ਼ਤਾਰ 'ਤੇ ਉਹ ਟ੍ਰੇਨ ਚੱਲਦੀ ਹੈ, ਔਰ ਅੱਲਾਹ ਦੇ ਫਜ਼ਲ ਨਾਲ ਖੈਰਖੀਅਤ ਨਾਲ ਤੁਹਾਨੂੰ ਤੁਹਾਡੀ ਮੰਜ਼ਿਲੇ ਮਕਸੂਦ 'ਤੇ ਪਹੁੰਚਾ ਦਿੰਦੀ ਹੈ। ਲਓ ਜੀ ਨਾਜ਼ਰੀਨ, ਤੁਹਾਨੂੰ ਅੱਜ ਮੈਂ ਇੱਕ ਗੱਲ ਸੁਣਾਉਣਾ ਕਿ ਮੈਨੂੰ ਕਾਫੀ ਦੇਰ ਹੋ ਗਿਆ ਟੈਕਸੀ ਚਲਾਉਂਦਿਆਂ, ਤਕਰੀਬਨ 20 ਸਾਲ ਹੋ ਗਏ ਨੇ। ਪਹਿਲੇ ਅਸੀਂ ਜਦੋਂ ਸ਼ੁਰੂ ਕੀਤੀ ਸੀ, ਅਕਸਰ ਲੋਕ ਪੁੱਛਦੇ ਨੇ ਵੀ ਤੂੰ ਕਿੱਥੋਂ ਆਇਆ, ਉਹਨੂੰ ਦੱਸੀਦਾ ਵੀ ਮੈਂ ਪਾਕਿਸਤਾਨ ਤੋਂ ਆਇਆ। ਉਦੋਂ ਹਾਲਾਤ ਹੋਰ ਸਨ, ਲੇਕਿਨ ਹੁਣ ਜਿਹੜਾ ਕਿ ਅਗਰ ਕਿਸੇ ਨੂੰ ਕਹਿ ਦਿਓ ਨਾ ਕਿ ਮੈਂ ਪਾਕਿਸਤਾਨ ਤੋਂ ਆਇਆ, ਯਕੀਨ ਕਰੋ ਕਿ ਉਹਦੇ ਸਵਾਲ ਹੀ ਨਹੀਂ ਮੁੱਕਦੇ ਕਿ ਇਮਰਾਨ ਖਾਨ ਨਾਲ ਇਸ ਤਰ੍ਹਾਂ ਹੋ ਗਿਆ, ਜ਼ਰਦਾਰੀ ਇਸ ਤਰ੍ਹਾਂ ਕਰ ਰਿਹਾ, ਫਲਾਣਾ ਇਸ ਤਰ੍ਹਾਂ ਕਰ ਰਿਹਾ ਹੈ। ਹੈਂ, ਅਤੇ ਉਹ ਜਿਸ ਵੇ ਮਤਲਬ ਹੈ ਕਿ ਹੁਣ ਕੋਈ ਪੁੱਛਦਾ ਨਾ ਵੀ ਤੁਸੀਂ ਕਿੱਥੋਂ ਆਏ ਹੋ, ਲੇਕਿਨ ਵੈਰੀ ਸੋਰੀ, ਹਕੀਕਤ ਹੈ ਕਿ ਉਹਨੂੰ ਫਿਰ ਕਹਿ ਦਿੱਤਾ ਯਾਰ ਆਈ ਐਮ ਕਮ ਫਰੋਮ ਇੰਡੀਆ, ਠੀਕ ਹੈ। ਅਗਰ ਤੁਸੀਂ ਕਹਿ ਦਿੰਦੇ ਮੈਂ ਇੰਡੀਆ ਤੋਂ ਆਇਆ, ਯਕੀਨ ਕਰੋ ਕਿ ਉਹ ਇੰਡੀਆ ਦੀਆਂ ਤਾਰੀਫਾਂ ਕਰਕੇ ਨਹੀਂ ਥੱਕਦੇ ਉਹ ਲੋਕ, ਕਿ ਇੰਡੀਆ ਦੇ ਵਿੱਚ ਇਹ ਹੋ ਗਿਆ, ਇੰਡੀਆ ਦੀਆਂ ਕੰਪਨੀਆਂ ਸਾਡੇ ਮੁਲਕ ਦੇ ਵਿੱਚ ਕੰਮ ਕਰ ਰਹੀਆਂ ਨੇ, ਤੁਹਾਡੇ IT ਦੇ ਵਿੱਚ ਇੰਨੇ ਲੋਕ ਬਹੁਤ ਅੱਛੇ ਜਾ ਰਹੇ ਨੇ, ਠੀਕ ਹੈ। ਅਤੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ, ਔਰ ਦੇਖੋ ਕਿ ਆਪਣਾ ਹੁਣ ਪਾਕਿਸਤਾਨੀ ਹੋ ਕੇ ਸ਼ਰਮ ਆਉਂਦੀ ਹੈ ਕਿ ਆਪਣੇ ਆਪ ਨੂੰ ਪਾਕਿਸਤਾਨੀ ਜ਼ਹਿਰ ਕਰਨਾ, ਕਿ ਇਸ ਤਰ੍ਹਾਂ ਦੇ ਉਸ ਮੁਲਕ ਦੇ ਹਾਲਾਤ ਹੋ ਗਏ ਨੇ, ਠੀਕ ਹੈ। ਸ਼ਰਮ ਆਉਣੀ ਚਾਹੀਦੀ ਹੈ ਸਾਡੇ ਮੁਲਕ ਦੇ ਸਿਆਸਤਦਾਨਾਂ ਨੂੰ ਕਿ ਉਹਨਾਂ ਨੇ ਬੇੜਾ ਗਰਕ ਕੀਤਾ ਹੈ ਇਸ ਸਾਡੇ ਮੁਲਕ ਦਾ, ਕਿ ਬੰਦਾ ਪਾਕਿਸਤਾਨੀ ਹੋ ਕੇ ਵੀ ਆਪਣੇ ਆਪ ਨੂੰ ਪਾਕਿਸਤਾਨੀ ਸ਼ੋਅ ਨਹੀਂ ਕਰਾ ਸਕਦਾ, ਜ਼ਾਹਰ ਨਹੀਂ ਕਰ ਸਕਦਾ, ਠੀਕ ਹੈ। ਅਤੇ ਤੁਸੀਂ ਇਸ ਤਰ੍ਹਾਂ ਹੀ ਦੇਖ ਲਓ ਨਾ, ਦੇਖੋ ਨਾਜ਼ਰੀਨ ਕਿ ਸਾਨੂੰ ਹੁਣ ਇੱਥੇ 40 ਸਾਲ ਹੋ ਗਏ ਨੇ ਜਰਮਨੀ 'ਚ ਰਹਿੰਦੇ ਹੋਇਆਂ, ਔਰ ਸਾਡੇ ਕੋਲ ਨਾ ਜਰਮਨ ਨੈਸ਼ਨੈਲਿਟੀ, ਅਸੀਂ ਜਰਮਨ ਨੈਸ਼ਨਲ ਹਾਂ, ਮੇਰੇ ਬੱਚੇ ਵੀ ਮਾਸ਼ਾਅੱਲਾ ਜਰਮਨ ਨੈਸ਼ਨਲ ਨੇ, ਸਾਰੀ ਫੈਮਿਲੀ ਅਸੀਂ, ਔਰ ਅਸੀਂ ਉਹਦੇ ਬਾਵਜੂਦ ਵੀ ਅਸੀਂ ਕਹਿੰਦੇ ਹਾਂ ਫਿਰ ਵੀ ਕਿ ਅਸੀਂ ਪਾਕਿਸਤਾਨੀ, ਅਲੱਗ ਪਾਕਿਸਤਾਨੀ ਅਸੀਂ ਨਹੀਂ, ਅਸੀਂ ਉਸ ਮੁਲਕ ਦੀ ਨੈਸ਼ਨੈਲਿਟੀ ਨੂੰ ਅਸਾਂ ਖੈਰ ਆਬਾਦ ਕਰ ਦਿੱਤਾ, ਕੈਂਸਲ ਕਰ ਦਿੱਤੀ ਹੈ। ਉਹ ਇੱਕ ਮਿਸਾਲ ਹੈ ਛੋਟਿਆਂ ਹੁੰਦਿਆਂ ਕਿ ਪੈਦਾ ਕਰਨ ਵਾਲੀ ਮਾਂ ਨਹੀਂ ਹੁੰਦੀ, ਕਿ ਮਾਂ ਉਹ ਹੁੰਦੀ ਹੈ ਜਿਹਨੇ ਤੁਹਾਨੂੰ ਪਾਲਿਆ, ਠੀਕ ਹੈ, ਅਸਲ ਮਾਂ ਹੁੰਦੀ ਹੈ ਜਿਹਨੇ ਤੁਹਾਨੂੰ ਪਾਲਿਆ, ਅਤੇ ਪਾਲਿਆ ਤਾਂ ਫਿਰ ਸਾਨੂੰ ਇਹਨੇ ਵੇ, ਇਹਨੇ ਸਾਡੀ ਮਤਲਬ ਪਰਵਰਿਸ਼ ਕੀਤੀ, ਅਸੀਂ ਵੱਡੇ ਹੋਏ, ਖਾਧਾ ਪੀਤਾ ਇੱਥੇ ਹੀ ਸਾਰਾ ਕੁਝ, ਔਰ ਅਸੀਂ ਸਾਡੇ ਬੱਚੇ ਵੀ ਜਿਹੜੇ ਨੇ ਇੱਥੇ ਹੀ ਖਾ ਪੀ ਰਹੇ ਨੇ, ਅਤੇ ਅਸਲ ਮੁਲਕ ਤਾਂ ਸਾਡਾ ਇਹ ਹੀ ਹੈ ਨਾ ਜਰਮਨ। ਔਰ ਕਾਫੀ ਲੋਕ ਨੇ ਇੱਥੇ ਜਰਮਨ 'ਚ ਰਹਿ ਕੇ ਵੀ ਇਸ ਮੁਲਕ ਦੇ ਉਹ ਸਕੇ ਨਹੀਂ, ਅਤੇ ਮੈਂ ਉਹਨਾਂ ਨੂੰ ਕਹਿੰਦਾ ਭਾਈ ਤੁਸੀਂ ਇਸ ਮੁਲਕ ਦੇ ਵਾਸਤੇ ਵੀ ਕੋਈ ਸੋਚੋ ਕਿ ਜਿੱਥੋਂ ਰੋਜ਼ੀ ਰੋਟੀ ਤੁਸੀਂ ਖਾ ਰਹੇ ਹੋ, ਕਈ ਲੋਕਾਂ ਨੇ ਇੱਥੇ ਉਹ ਟੀਮ ਮਤਲਬ ਹੈ ਕਿ ਸਿਆਸੀ ਪਾਰਟੀਆਂ ਬਣਾਈਆਂ ਨੇ, ਕੋ ਇਸਤਕਾਮੇ ਪਾਕਿਸਤਾਨ, ਉਹ ਯਾਰ ਇਸਤਕਾਮੇ ਪਾਕਿਸਤਾਨ ਨੂੰ ਗੋਲਾ ਮਾਰੋ ਤੁਸੀਂ, ਉਹਨਾਂ ਨੂੰ ਤੁਸੀਂ ਨਹੀਂ ਇਕੱਠਿਆ ਕਰ ਸਕਦੇ,
ਤੁਸੀਂ ਇਸ ਮੁਲਕ ਜਿਹਦੇ ਵਿੱਚ ਰਹਿ ਰਹੇ ਹੋ, ਜਿਨ੍ਹਾਂ ਦੀਆਂ ਨੈਸ਼ਨੈਲਿਟੀਆਂ ਨੇ ਤੁਹਾਡੇ ਕੋਲ, ਤੁਸੀਂ ਇਸ ਮੁਲਕ ਵਾਸਤੇ ਕੁਝ ਕਰੋ, ਇਹਨਾਂ ਵਾਸਤੇ ਕੋਈ ਸੋਚੋ। ਉਹਨਾਂ ਨੂੰ ਪੁੱਛੋ ਵੀ ਤੁਸੀਂ ਇਸ ਮੁਲਕ ਵਾਸਤੇ ਕੀ ਕਰ ਰਹੇ ਹੋ। ਇਸ ਮੁਲਕ ਵਾਸਤੇ ਕਰਨ ਦੇ ਕਰਨ ਵਾਸਤੇ ਬੜੇ ਨੇ, ਬਹੁਤ ਲੋਕ ਨੇ ਕਰਨ ਵਾਸਤੇ, ਔਰ ਉਹ ਇਸ 'ਤੇ ਰਹਿ ਗਏ ਅਤੇ ਪਾਕਿਸਤਾਨ ਦੇ ਵਾਦੇ ਉਹ ਸਿਆਸੀ ਪਾਰਟੀਆਂ ਬਣਾ ਗਏ ਅਤੇ ਇੱਥੇ ਚੱਲ ਰਹੇ ਨੇ, ਜਿਨ੍ਹਾਂ ਦਾ ਕੋਈ ਫਾਇਦਾ ਨਹੀਂ। ਮੈਂ ਉਹਨਾਂ ਨੂੰ ਮਨ੍ਹਾ ਕਰਨਾ ਵੀ ਉਸ ਮੁਲਕ ਦਾ ਅੱਲਾ ਹੀ ਹਾਫਜ਼ ਹੈ, ਕਿ ਉਹਦੇ ਤੋਂ ਮਤਲਬ ਹੈ ਕਿ ਤੁਸੀਂ ਐਵੇਂ ਲੱਗੇ ਉਸ ਮੁਲਕ ਦੇ ਲੋਕਾਂ ਵਾਸਤੇ ਸਿਰ ਖਪਾਉਣ, ਠੀਕ ਹੈ, ਜਿਨ੍ਹਾਂ ਨੇ ਮਤਲਬ ਹੈ ਕਿ ਜਿਹੜੇ ਮਸਜਿਦਾਂ ਨੂੰ ਸ਼ਹੀਦ ਕਰਦੇ ਨੇ, ਲੋਕਾਂ ਨੂੰ ਕਲਮਾ ਪੜ੍ਹਨੇ ਤੋਂ ਰੋਕਦੇ ਨੇ, ਨਮਾਜ਼ ਨਹੀਂ ਪੜ੍ਹਨ ਦਿੰਦੇ, ਹੈਂ, ਹਜ ਨਹੀਂ ਕਰ ਸਕਦੇ, ਤੁਸੀਂ ਕੁਰਬਾਨੀ ਨਹੀਂ ਕਰ ਸਕਦੇ, ਉਸ ਮੁਲਕ ਦਾ ਕੀ ਬਣਨਾ? ਉਹਦਾ ਮੁਲਕ ਦਾ ਕੋਈ ਮਸਤਕਬਲ ਨਹੀਂ ਕਿ ਜਿੱਥੇ ਤੁਸੀਂ, ਤੁਹਾਨੂੰ ਮਜ਼ਹਬੀ ਆਜ਼ਾਦੀ ਨਹੀਂ। ਮਤਲਬ ਇਹ ਨਹੀਂ ਕਿ ਇੱਕ ਮਜ਼ਹਬ ਇੱਕ ਫਿਰਕੇ ਨੂੰ, ਉਹ ਤਾਂ ਕਿਸੇ ਫਿਰਕੇ ਨੂੰ ਵੀ ਕੋਈ ਆਜ਼ਾਦੀ ਨਹੀਂ, ਠੀਕ ਹੈ। ਔਰ ਇਹ ਮੁਲਕ ਨੇ ਇੱਥੇ ਉਹ ਸਾਰੇ ਲੋਕ ਜਿਹੜੇ ਉੱਥੇ ਮੁਖਾਲਫ ਨੇ ਇੱਕ ਦੂਸਰੇ ਦੇ, ਇੱਥੇ ਉਹ ਬੜੇ ਮਜ਼ੇ ਨਾਲ ਮਿਲ ਜੁਲ ਕੇ ਰਹਿੰਦੇ ਨੇ। ਇੱਥੇ ਵੀ ਐਨ ਕੁਛ ਐਸੇ ਬੁਰੇ ਲੋਕ ਜਿਹੜੇ ਕਿ ਇੰਤਸ਼ਾਰ ਫੈਲਾਉਂਦੇ ਨੇ, ਲੇਕਿਨ ਇਹ ਕਿ ਉਹ 1%, ਠੀਕ ਹੈ। ਔਰ ਉੱਥੇ ਜਿਹੜਾ ਮੌਲਵੀਆਂ ਨੇ ਲੋਕਾਂ ਨੂੰ ਕੰਨੋ ਕੰਨ ਕੀਤੇ ਹੈ ਕਿ ਗਲਤ ਉਹਨਾਂ ਨੂੰ ਕੁਰਾਨ ਮਜੀਦ ਦੇ ਉਹ ਸੁਣਾ ਕੇ ਇਹ ਕੁਰਾਨ 'ਚ ਇਹ ਲਿਖੇ ਹੈ ਜਾਂ ਹਦੀਸਾਂ 'ਚ ਇਹ ਲਿਖੇ ਹੈ, ਉਹ ਲੋਕ ਪੜ੍ਹਦੇ ਹੈ ਨਹੀਂ, ਔਰ ਉਹਨਾਂ ਮੌਲਵੀਆਂ ਦੀਆਂ ਗੱਲਾਂ ਦੇ ਯਕੀਨ ਕਰਕੇ ਉਹਨਾਂ ਦੇ ਚੱਲ ਜਾਂਦੇ ਨੇ। ਔਰ ਇੰਨੀ ਜਹਾਲਤ ਔਰ ਬੇਵਕੂਫ ਲੋਕ ਕਿ ਪੜ੍ਹੇ ਲਿਖੇ ਲੋਕ ਵੀ ਉਹਨਾਂ ਦੇ ਪਿੱਛੇ ਲੱਗੇ ਨੇ। ਮੈਂ ਕਹਿੰਦਾ ਕਿ ਖੁਦਾ ਦਾ ਖੌਫ ਕਰੋ, ਖੁਦ ਤੁਸੀਂ ਸਰਚ ਕਰੋ ਹਰ ਚੀਜ਼ ਦੇ ਉੱਤੇ, ਠੀਕ ਹੈ, ਫਿਰ ਤੁਹਾਨੂੰ ਪਤਾ ਚੱਲੇ ਕਿ ਸੱਚ ਝੂਠ ਕੀ ਹੈ। ਲਓ ਜੀ ਨਾਜ਼ਰੀਨ, ਸਾਡਾ ਤਕਰੀਬਨ 44 ਕਿਲੋਮੀਟਰ ਸਫ਼ਰ ਬਾਕੀ ਰਹਿ ਗਿਆ, ਔਰ ਬੜੇ ਮਜ਼ੇ ਨਾਲ ਸਫ਼ਰ ਅਸੀਂ ਆਪਣਾ ਜਾਰੀ ਰੱਖਦਿਆਂ ਹੋਇਆਂ ਜਾ ਰਹੇ ਹਾਂ। ਔਰ ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਸਾਂ ਕਿ ਲੋਕ ਜਿਹੜੇ ਨੇ ਖੁਦਾ ਦਾ ਖੌਫ ਕਰਨ, ਕਿ ਖੁਦ ਹਰ ਚੀਜ਼ 'ਤੇ ਸਰਚ ਕਰੋ, ਪੜ੍ਹੇ ਲਿਖੇ ਲੋਕ ਤੁਸੀਂ, ਤਾਲੀਮ ਯਾਫਤਾ ਹੋ, ਸਾਡੇ ਮੁਲਕ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਅਗਰ ਕਮੀ ਹੈ ਤਾਂ ਸਿਰਫ ਉਹਨਾਂ ਦੇ ਦਿਮਾਗ ਨਹੀਂ ਠੀਕ, ਠੀਕ ਹੈ, ਉਹਨਾਂ ਨੂੰ ਠੀਕ ਕਰਨ ਦੀ ਕਮੀ ਹੈ। ਔਰ ਜਿਹੜੇ ਤੁਸੀਂ ਪੀਰਾਂ ਫਕੀਰਾਂ ਕੋਲੋਂ ਮੰਗਣ ਜਾਂਦੇ ਹੋ, ਉਹ ਤਾਂ ਤੁਸੀਂ ਖੁਦ ਤੁਸੀਂ ਕੁਝ ਨਾ ਕੁਝ ਦੇ ਕੇ ਆਉਂਦੇ ਹੋ, ਹੈਂ, ਉਹਨਾਂ ਕੋਲ ਮੰਗਣ ਜਾਂਦੇ ਹੋ ਜਿਹੜੇ, ਮਤਲਬ ਕਿ ਤੁਸੀਂ ਆਪਣੇ ਰੱਬ ਕੋਲੋਂ ਮੰਗੋ ਯਾਰ, ਉਹਨਾਂ ਲੋਕਾਂ ਕੋਲੋਂ ਤੁਹਾਨੂੰ ਕੀ ਲੱਭਣਾ? ਕੁਛ ਨਹੀਂ ਲੱਭਣਾ। ਅਗਰ ਮੈਨੂੰ ਮਤਲਬ ਮੇਰੀ ਗੱਲ ਦਾ ਕਿਸੇ ਨੂੰ ਬੁਰਾ ਮਹਿਸੂਸ ਹੋਵੇ ਜਾਂ ਕਿਸੇ ਨੂੰ ਮਤਲਬ ਹੈ ਕਿ ਗੱਲ ਬੁਰੀ ਲੱਗੀ ਹੋਵੇ ਤਾਂ ਵੈਰੀ ਵੈਰੀ ਸੋਰੀ, ਮੈਂ ਬੰਦਾ ਵਾਂ, ਗੱਲ ਜਿਹੜੀ ਉਹ ਮੈਂ ਸਾਫ਼ ਔਰ ਸਿੱਧੀ ਕਰਨਾ, ਮੈਂ ਸਿਰਫ ਆਪਣੇ ਰੱਬ ਕੋਲੋਂ ਡਰਨਾ, ਮੈਨੂੰ ਲੋਕਾਂ ਕੋਲੋਂ ਕੋਈ ਡਰ ਨਹੀਂ ਲੱਗਦਾ, ਔਰ ਸਿਰਫ ਮੈਂ ਆਪਣੇ ਖੁਦਾ ਕੋਲ ਡਰਨਾ, ਔਰ ਮੇਰਾ ਖੁਦਾ ਮੇਰੇ ਨਾਲ ਹੁੰਦਾ ਹਰ ਵਕਤ, ਔਰ ਬੜਾ ਹੀ ਅੱਲਾ ਦਾ ਫਜ਼ਲ ਹੈ ਸਾਡੇ ਉੱਤੇ, ਠੀਕ ਹੈ, ਅਤੇ ਬੰਦਿਆਂ ਕੋਲੋਂ ਕੋਈ ਡਰ ਨਹੀਂ। ਲੇਕਿਨ ਫਿਰ ਵੀ ਅਗਰ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੀ ਹੋਵੇ ਤਾਂ ਵੈਰੀ ਸੋਰੀ, ਪਲੀਜ਼ ਮਾਇੰਡ ਨਾ ਕਰਿਓ, ਠੀਕ ਹੈ। ਲਓ ਜੀ ਨਾਜ਼ਰੀਨ, ਹੈ ਵੇਖੋ ਜੀ, ਤੁਹਾਨੂੰ ਇੱਕ ਗੱਡੀ ਵਿਖਾਉਂਦਾ ਮੈਂ, ਬੜੀ ਪੁਰਾਣੀ ਔਰ ਬੜੇ ਪਿਆਰ ਮੁਹੱਬਤ ਨਾਲ ਕਿਸੇ ਇਸ ਗੱਡੀ ਨੂੰ ਰੱਖੇ ਹੈ। ਕਿਆ ਬਾਤ ਹੈ ਯਾਰ, ਜ਼ਿੰਦਾਬਾਦ। ਬਸ ਜੀ, ਅਸੀਂ ਵੀ ਕੋਲਨ ਦੇ ਨਜ਼ਦੀਕ ਪਹੁੰਚ ਗਏ ਹਾਂ, ਇਨਸ਼ਾਅੱਲਾ ਤਾਲਾ ਹੋਰ ਸਾਡਾ 10 ਮਿੰਟ ਦਾ ਸਫ਼ਰ ਰਹਿ ਗਿਆ, 16 ਕਿਲੋਮੀਟਰ ਹੈ, ਔਰ ਅੱਲਾ ਦੇ ਫਜ਼ਲ ਨਾਲ ਅਸੀਂ ਆਪਣੇ ਟਾਈਮ ਤੋਂ 11 ਵਜੇ ਸਵਾਰੀਆਂ ਨੂੰ ਮੈਂ ਚੁੱਕਣਾ ਹੈ ਅਤੇ ਤਕਰੀਬਨ 10:30 ਵਜੇ ਅਸੀਂ ਉੱਥੇ ਪਹੁੰਚ ਜਾਵਾਂਗੇ, ਠੀਕ ਹੈ।
ਇਹ ਨਾਜ਼ਰੀਨ ਜਿਹੜਾ ਮੈਂ ਕਹਿੰਦਾ ਅਸੀਂ ਪਹੁੰਚ ਜਾਵਾਂਗੇ, ਅਸੀਂ ਪਹੁੰਚ ਜਾਣ ਮਕਸਦ ਮੈਂ ਔਰ ਮੇਰੀ ਗੱਡੀ ਹੈ, ਗੱਡੀ ਮੇਰੇ ਨਾਲ ਹੈ, ਮੈਂ ਗੱਡੀ ਨਾਲ ਹਾਂ, ਹੋਰ ਨਾ ਮੈਂ ਇਕੱਲਾ ਜਾ ਸਕਦਾ ਨਾ ਇਹ ਇਕੱਲੀ ਜਾ ਸਕਦੀ ਹੈ, ਠੀਕ ਹੈ, ਅਸੀਂ ਦੋਵੇਂ ਜਾ ਰਹੇ ਹਾਂ ਜੀ। ਅਤੇ ਨਾਜ਼ਰੀਨ ਮੇਰੀ ਹੋਬੀ ਹੈ ਕਿ ਵੀਡੀਓਜ਼ ਵਗੈਰਾ ਬਣਾਉਣਾ, ਤਸਵੀਰਾਂ ਬਣਾਉਣੀਆਂ, ਜਿੱਥੇ ਜਾਣਾ ਉਹਦੇ ਤਸਵੀਰ ਬਣਾ ਲੈਣੀ ਹੈ। ਅਤੇ ਅਗਰ ਕਿਸੇ ਨੂੰ ਮਤਲਬ ਹੈ ਕਿ ਬੁਰਾ ਲੱਗਦਾ ਤਾਂ ਯਾਰ ਪਿਆ ਲੱਗੇ ਹੈ, ਮੈਨੂੰ ਕੋਈ ਟੈਨਸ਼ਨ ਨਹੀਂ ਇਹਦੇ ਨਾਲ, ਮੈਂ ਮਤਲਬ ਹੈ ਕਿ ਆਪਣੇ ਵਾਸਤੇ ਮੂਵੀਆਂ ਔਰ ਵੀਡੀਓ ਬਣਾਉਣਾ ਔਰ ਜਿਹੜੇ ਅੱਛੇ ਦੋਸਤ ਨੇ ਉਹਨਾਂ ਨਾਲ ਮੈਂ ਸ਼ੇਅਰ ਕਰਨਾ, ਠੀਕ ਹੈ। ਮੈਂ ਪਹਿਲੇ ਵੀ ਆਪਣੀ ਇੱਕ ਵੀਡੀਓ ਵਿੱਚ ਜ਼ਿਕਰ ਕਰ ਚੁੱਕਿਆ ਕਿ ਇਨਸਾਨ ਦੁਨੀਆ 'ਤੇ ਹਰ ਜਗ੍ਹਾ 'ਤੇ ਨਹੀਂ ਜਾ ਸਕਦਾ, ਲੇਕਿਨ ਇੱਕ ਯੂਟਿਊਬ ਦੇ ਜ਼ਰੀਏ ਤੁਸੀਂ ਦੁਨੀਆ ਜਿਹੜੀ ਉਹ ਵੇਖ ਸਕਦੇ ਹੋ। ਆਪਣੇ ਘਰ ਬੈਠੇ ਹਾਂ, ਸੋਫੇ 'ਤੇ ਬੈਠੋ, ਚਾਹ ਦਾ ਕੱਪ ਲਓ, ਕਾਫੀ ਦਾ ਕੱਪ ਲਓ, ਔਰ ਜਿਹੜਾ ਕਿ ਦੁਨੀਆ ਜਿਹੜੀ ਉਹ ਯੂਟਿਊਬ ਦੇ ਜ਼ਰੀਏ ਤੁਸੀਂ ਫਿਰੋ, ਔਰ ਜਿਹੜੇ ਤੁਹਾਨੂੰ ਯੂਟਿਊਬ ਦੇ ਉੱਤੇ ਸੈਰ ਕਰਾਉਂਦੇ ਨੇ, ਠੀਕ ਹੈ, ਅਤੇ ਉਹਨਾਂ ਦੇ ਚੈਨਲ ਜਿਹੜੇ ਨੇ ਉਹ ਸਬਸਕ੍ਰਾਈਬ ਕਰੋ, ਉਹਨਾਂ ਦੀ ਹੌਸਲਾ ਅਫਜ਼ਾਈ ਹੁੰਦੀ ਹੈ, ਠੀਕ ਹੈ। ਲਓ ਜੀ, ਅਸੀਂ ਹੁਣ ਤਕਰੀਬਨ ਜਿਹੜਾ ਕੋਲਨ ਪਹੁੰਚ ਆਏ ਹਾਂ, ਔਰ ਨਾਜ਼ਰੀਨ ਵੇਖੋ ਯਾਰ, ਮੈਂ ਫਰੈਂਕਫੋਰਟ ਤੋਂ ਨਿਕਲਿਆ ਸਾਂ, ਧੁੱਪ ਸੀ, ਔਰ ਇੱਥੇ ਜਿਹੜਾ ਕਿ ਰਸਤੇ 'ਚ ਧੁੰਦ ਸੀ ਬੜੀ, ਫਰੈਂਕਫੋਰਟ ਧੁੱਪ ਸੀ, ਇੱਥੇ ਧੁੰਦ ਸੀ, ਔਰ ਇਹ ਵੇਖੋ ਧੁੱਪ ਮੈਂ ਜਿਹੜੀ ਉਹ ਨਾਲ ਲੈ ਆਉਂਦੀ ਹੈ ਕੋਲਨ, ਮੈਂ ਕਿਹਾ ਯਾਰ ਇਹਨਾਂ ਨੂੰ ਵੀ ਥੋੜ੍ਹੀ ਜਿਹੀ ਧੁੱਪ ਦਈਏ, ਅਤੇ ਧੁੰਦ ਵਿੱਚ ਬੈਠੇ ਨੇ, ਠੰਡ ਵਿੱਚ, ਅਤੇ ਇੱਥੇ ਧੁੱਪ ਮੈਂ ਨਾਲ ਲੈ ਆਇਆ ਜੀ, ਹੈ ਇੱਥੇ ਵੀ ਅੱਲਾ ਦੇ ਫਜ਼ਲ ਨਾਲ ਧੁੱਪ ਨਿਕਲ ਆਈ ਹੈ, ਬਹੁਤ ਪਿਆਰਾ ਮੌਸਮ ਹੋ ਗਿਆ ਇੱਧਰ ਵੀ, ਵੈਰੀ ਗੁੱਡ। ਵਾਪਸੀ ਦੇ ਰਸਤੇ 'ਚ ਫਿਰ ਥੋੜ੍ਹੀ ਜਿਹੀ ਧੁੰਦ ਹੋਏਗੀ, ਕੋਈ ਨਹੀਂ, ਖੈਰ ਫਰੈਂਕਫੋਰਟ 'ਤੇ ਧੁੱਪ ਹੀ ਹੈ ਨਾ, ਹੈ। ਲਓ ਜੀ ਨਾਜ਼ਰੀਨ, ਹੈ ਤੁਹਾਨੂੰ ਥੋੜ੍ਹਾ ਜਿਹਾ ਕੋਲਨ ਵੀ ਦਿਖਾਉਂਦੇ ਹਾਂ, ਲਓ ਜੀ ਨਾਜ਼ਰੀਨ, ਹੁਣ ਅੱਗੇ ਸਾਡੇ ਸਾਹਮਣੇ ਇੱਕ ਟੁਨਲ ਹੈ, ਉਹਦੇ ਵਿੱਚ ਗੁਜ਼ਰਾਂਗੇ। ਹਾਂ ਜੀ ਨਾਜ਼ਰੀਨ, ਹੁਣ ਇੱਕ ਟੁਨਲ ਆ ਗਿਆ ਹੈ, ਪਾਕਿਸਤਾਨ ਮੇਰਾ ਖਿਆਲ ਇਹਨੂੰ ਅੰਡਰ ਪਾਸ ਕਹਿੰਦੇ ਨੇ, ਉਹਦੇ ਵਿੱਚੋਂ ਦੀ ਜਾ ਰਹੇ ਹਾਂ ਅਸੀਂ। ਨਾਜ਼ਰੀਨ ਦੇਖੋ ਜੀ ਕੋਲਨ, ਕਿੰਨਾ ਪਿਆਰਾ ਮੌਸਮ ਹੈ, ਲਓ ਜੀ ਨਾਜ਼ਰੀਨ ਮੈਂ ਤੁਹਾਨੂੰ ਦੱਸਾਂ, ਮੈਂ ਪਿਛਲੀ ਦਫ਼ਾ ਆਇਆ ਸਾਂ ਨਾ, ਅਤੇ ਮੈਂ ਇੱਧਰ ਲਿੰਕਸ ਵਾਲੀ ਸਾਈਡ 'ਤੇ ਇੱਕ ਸੜਕ ਸੀ ਉਹ ਲੈ ਲਈ, ਤੋਂ ਮੈਂ ਸਿੱਧਾ ਨਿਕਲ ਗਿਆ, ਫਿਰ ਅੱਗੇ ਯੂ ਟਰਨ ਲੈ ਕੇ ਵਾਪਸ ਆਇਆ, ਔਰ ਅੱਜ ਇਹ ਮੈਂ ਗਲਤੀ ਨਹੀਂ ਕੀਤੀ, ਅੱਜ ਮੈਂ ਸਹੀ ਵਾਲੀ ਸੜਕ ਲਈ ਹੈ। ਇੱਧਰੋਂ ਅਸੀਂ ਇਹ ਦਰਿਆ ਕ੍ਰਾਸ ਕਰਾਂਗੇ, ਔਰ ਦਰਿਆ ਦੀ ਦੂਸਰੀ ਸਾਈਡ 'ਤੇ ਜਿਹੜਾ ਕਿ ਉਹ ਖੋਲਣਾ ਡੋਮ ਵੀ ਤੁਹਾਨੂੰ ਨਜ਼ਰ ਆਏਗਾ, ਇਹ ਸਾਹਮਣੇ ਨਜ਼ਰ ਆ ਰਿਹਾ, ਠੀਕ ਹੈ। ਇਹ ਥੱਲੇ ਤੁਸੀਂ ਦੇਖੋ, ਚੈੱਕ ਕਰੋ ਜੀ, ਇਹ ਦਰਿਆ ਹੈ, ਰਾਈਨ ਇਹਦਾ ਨਾਂ ਹੈ, ਦਰਿਆ ਰਾਈਨ ਰਿਵਰ, ਠੀਕ ਹੈ। ਔਰ ਇਹ ਤੁਹਾਨੂੰ ਸਾਹਮਣੇ ਡੋਮ ਨਜ਼ਰ ਆ ਰਿਹਾ ਹੈ ਕੋਲਨ ਦਾ, ਖੋਲਣਾ ਡੋਮ, ਇਹ ਰੇਲਵੇ ਸਟੇਸ਼ਨ ਦੇ ਬਿਲਕੁਲ ਪਾਸ ਹੈ, ਠੀਕ ਹੈ।
rechts fahren. ਲੇਕਿਨ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਪਹਿਲੇ ਦੱਸਿਆ ਕਿ ਇਨਸ਼ਾਅੱਲਾ ਤਾਲਾ ਨੈਕਸਟ ਟਾਈਮ ਅਸੀਂ ਟਾਈਮ ਕੱਢ ਕੇ ਆਵਾਂਗੇ ਔਰ ਫਿਰ ਆ ਕੇ ਅਸੀਂ ਇੱਥੇ ਇੱਕ ਪੂਰਾ ਵਲੌਗ ਬਣਾਵਾਂਗੇ ਔਰ ਤੁਹਾਡੇ ਦੋਸਤਾਂ ਨਾਲ ਫਿਰ ਇਨਸ਼ਾਅੱਲਾ ਤਾਲਾ ਸ਼ੇਅਰ ਕਰਾਂਗੇ ਔਰ ਓਨੀ ਦੇਰ ਤੱਕ ਤੁਸੀਂ ਸਾਡੀ ਇਸ ਵੀਡੀਓ ਨਾਲ ਹੀ ਗੁਜ਼ਾਰਾ ਕਰੋ ਹੈਂ। ਨਾਜ਼ਰੀਨ ਫਿਰ ਇੱਕ ਸੁਰੰਗ ਆ ਗਈ ਹੈ ਉਹਦੇ ਵਿੱਚੋਂ ਜਾ ਰਿਹਾ ਸੀ ਔਰ ਤਕਰੀਬਨ 2 ਮਿੰਟ ਦਾ ਰਸਤਾ ਸਾਡਾ ਬਾਕੀ ਰਹਿ ਗਿਆ। ਲੋ ਨਾਜ਼ਰੀਨ ਚੈੱਕ ਕਰੋ ਜੀ ਇਹ ਬਿਲਡਿੰਗ ਔਰ ਇਸ ਸਾਈਡ 'ਤੇ ਦਰਿਆ ਹੈ। ਨਾਜ਼ਰੀਨ ਸਾਹਮਣੇ ਜੀ ਮੇਨ ਰੇਲਵੇ ਸਟੇਸ਼ਨ ਆ ਗਿਆ ਇਹਨਾਂ ਦਾ ਕੋਲਨ ਵਾਲਿਆਂ ਦਾ ਔਰ ਜੀ ਟੈਕਸੀਆਂ ਵਾਲੇ ਕੋਲਨ ਵਾਲੇ ਖੜ੍ਹੇ ਨੇ ਇੰਤਜ਼ਾਰ ਕਰ ਰਹੇ ਨੇ ਆਪਣੀ ਆਪਣੀਆਂ ਸਵਾਰੀਆਂ ਦਾ ਜਾਂ ਵਾਰੀ ਦਾ ਜਿਸ ਵੇਲੇ ਵਾਰੀ ਆਏਗੀ ਸਵਾਰੀ ਚੁੱਕ ਲੈਣਗੇ। ਇਹ ਹੁਣ ਜੀ ਸਾਡਾ ਇੱਕ ਮਾਸੀ ਦਾ ਪੁੱਤਰ ਮਲਕ ਰਿਆਜ਼ ਅਹਿਮਦ ਅੰਬਰਗ ਹੁੰਦਾ ਉਹ ਵੀ ਟੈਕਸੀ ਚਲਾਉਂਦਾ ਉਹਦੇ ਨਾਲ ਹੁਣ ਗੱਲ ਹੋਈ ਹੈ ਅਤੇ ਉਹ ਵੀ ਕਹਿ ਰਿਹਾ ਸੀ 130 ਕਿਲੋਮੀਟਰ ਦੂਰ ਗਏ ਅਸੀਂ ਸਵਾਰੀ ਲੈ ਕੇ ਠੀਕ ਹੈ ਉਹਦੀ ਵੀ ਗੱਲ ਸੁਣ ਕੇ ਬੜੀ ਖੁਸ਼ੀ ਹੋਈ ਹੈ ਬਾਈ ਬੜੀ ਅੱਛੀ ਸਵਾਰੀ ਮਿਲੀ ਉਹਨੂੰ। ਚਲੋ ਅੱਲਾਹ ਤਾਲਾ ਸਾਰਿਆਂ ਦੇ ਕੰਮ ਦੇ ਵਿੱਚ ਬਰਕਤ ਪਾਏ ਜੀ। ਨਾਜ਼ਰੀਨ ਅਸੀਂ ਹੁਣ ਆਪਣਾ ਸਫ਼ਰ ਜਿਹੜਾ ਵਾਪਸੀ ਦਾ ਸ਼ੁਰੂ ਕਰ ਲਿਆ ਹੁਣ ਫਰੈਂਕਫੋਰਟ ਵਾਪਸ ਜਾ ਰਹੇ ਹਾਂ ਔਰ ਇਨਸ਼ਾਅੱਲਾ ਤਾਲਾ 2 ਘੰਟੇ 'ਚ ਫਰੈਂਕਫੋਰਟ ਪਹੁੰਚ ਜਾਂਗੇ। ਨਾਜ਼ਰੀਨ ਅਸੀਂ ਅੱਲਾਹ ਤਾਲਾ ਦੇ ਫਜ਼ਲ ਨਾਲ ਫਰੈਂਕਫੋਰਟ ਵਾਪਸ ਪਹੁੰਚ ਆਏ ਹਾਂ ਹੁਣ ਫਰੈਂਕਫੋਰਟ ਏਅਰਪੋਰਟ 'ਤੇ ਸਵਾਰੀਆਂ ਨੂੰ ਉਤਾਰਨੇ ਆ ਔਰ ਇਸਦੇ ਨਾਲ ਹੀ ਆਪਣੇ ਵਲੌਗ ਦੇ ਇੱਥੇ ਇਖਤਤਾਮ ਕਰਨੇ ਆ। ਇਨਸ਼ਾਅੱਲਾ ਮਿਲਾਂ ਤਾਂ ਫਿਰ ਨੈਕਸਟ ਵਲੌਗ ਵਿੱਚ। ਤਬ ਤੱਕ ਅੱਲਾ ਹਾਫਿਜ਼।